ਮ੍ਰਿਨੰਕ ਸਿੰਘ 25 ਸਾਲਾ ਨੌਜਵਾਨ ਹੈ, ਕ੍ਰਿਕਟ ਖੇਡਦਾ। ਬਹੁਤੇ ਲੋਕ ਇਹਨਾਂ ਤੋਂ ਵਾਕਫ ਨਹੀਂ ਹੈ, ਇਹਨਾਂ ਤੋਂ ਵਾਕਫ ਆ ਜਿਹੜੇ ਕ੍ਰਿਕਟ ਪ੍ਰੇਮੀ ਆ, ਜਿਹੜੇ ਬਹੁਤ ਜਿਹੜਾ ਕ੍ਰਿਕਟ ਨੂੰ ਪਸੰਦ ਕਰਦੇ ਆ। ਉਹ IPL ਵੀ ਦੇਖਦੇ ਆ, ਉਹ ਰਣਜੀ ਟਰੋਫੀਜ਼ ਮੈਚ ਵੀ ਦੇਖਦੇ ਆ, ਚਲੋ ਇੰਟਰਨੈਸ਼ਨਲ ਕ੍ਰਿਕਟ ਤਾਂ ਦੇਖਦੇ ਹੀ ਦੇਖਦੇ ਆ, ਉਹ ਤਾਂ ਸਾਰੇ ਦੇਖਦੇ ਆ। ਮ੍ਰਿਨੰਕ ਸਿੰਘ ਜਿਹੜੇ ਆ ਇਹ ਫਰੀਦਾਬਾਦ ਹਰਿਆਣਾ ਦੇ ਰਹਿਣ ਵਾਲੇ ਆ, ਅਤੇ ਹਰਿਆਣਾ ਵੱਲੋਂ ਹੀ ਇਹ U19 ਵੀ ਖੇਡ ਚੁੱਕੇ ਆ। ਹੁਣ ਇਹਨਾਂ ਦੇ ਬਾਬਤ ਇੱਕ ਗੱਲ ਸਾਹਮਣੇ ਆਈ, ਇਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕਰ ਲਿਆ। ਮ੍ਰਿਨੰਕ ਸਿੰਘ ਨੂੰ ਅਰੈਸਟ ਇਸ ਕਰਕੇ ਕੀਤਾ ਗਿਆ ਕਿ ਇਹ ਵੱਡੇ ਵੱਡੇ ਹੋਟਲਾਂ ਦੇ ਵਿੱਚ ਜਾਂਦੇ ਆ, ਉੱਥੇ ਠਹਿਰਦੇ ਆ, ਉੱਥੇ ਲਗਜ਼ਰੀ ਇੰਜੋਏ ਕਰਦੇ ਆ, ਉੱਥੇ ਖਾਣਾ ਪੀਣਾ ਵਧੀਆ ਖਾਂਦੇ ਆ, ਲੱਖਾਂ ਦੇ ਵਿੱਚ ਇਹ ਬਿੱਲ ਬਣਾ ਦਿੰਦੇ ਆ। ਔਰ ਜਦੋਂ ਇਹਨਾਂ ਤੋਂ ਬਿੱਲ ਮੰਗਿਆ ਜਾਂਦਾ, ਉਹ ਜਦੋਂ ਹੋਟਲ ਦੇ ਮੈਨੇਜਮੈਂਟ ਇਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ 5 ਦਿਨ 6 ਦਿਨ ਹਫ਼ਤਾ ਹੋ ਗਿਆ ਇਸ ਹੋਟਲ ਦੇ ਵਿੱਚ, 5-star 7-star ਹੋਟਲ ਦੇ ਵਿੱਚ ਤੁਹਾਡਾ ਲੱਖਾਂ ਦੇ ਵਿੱਚ ਬਿੱਲ ਬਣ ਗਿਆ ਅਤੇ ਤੁਸੀਂ ਬਿੱਲ ਪੇ ਕਰੋ, ਤਾਂ ਇਹ ਮ੍ਰਿਨੰਕ ਸਿੰਘ ਕਹਿੰਦੇ ਆ ਵੀ ਮੈਂ ਤਾਂ ਇੱਕ IPS ਔਫਿਸਰ ਹਾਂ, ਮੈਂ ਕ੍ਰਿਕਟ ਦਾ ਇੱਕ ਬਹੁਤ ਵੱਡਾ ਖਿਡਾਰੀ ਹਾਂ, ਮੇਰਾ ਬਿੱਲ ਤਾਂ ਮੇਰੇ ਸਪੋਂਸਰਸ ਪੇ ਕਰਨਗੇ, ਮੈਂ ਨਹੀਂ ਪੇ ਕਰਨਾ। ਹੋਟਲ ਵਾਲੇ ਇਹਨਾਂ ਦੀ ਗੱਲ 'ਤੇ ਯਕੀਨ ਕਰ ਲੈਂਦੇ ਆ ਕਿ ਠੀਕ ਹੈ ਭਾਈ, ਇਹ ਆਪਣੀਆਂ ਕੁਝ ਫੋਟੋਗ੍ਰਾਫਸ ਦਿਖਾਉਂਦੇ ਆ, ਕੁਝ ਜਿਹੜੇ ਆ ਕੰਟੈਕਟ ਨੰਬਰ ਵਿਖਾਉਂਦੇ ਆ, ਦੇਖੋ ਮੇਰੇ ਨਾਲ ਫਲਾਣਾ ਵੱਡਾ ਕ੍ਰਿਕਟਰ ਇੰਟਰਨੈਸ਼ਨਲ ਇਹ ਵੀ ਗੱਲ ਕਰਦਾ, ਮੇਰੇ ਨਾਲ ਇਹਦੀ ਤਸਵੀਰ ਵੀ ਆ, ਆਹ ਦੇਖੋ ਮੈਂ ਗਰਾਊਂਡ ਦੇ ਵਿੱਚ ਇਸ ਕ੍ਰਿਕਟਰ ਦੇ ਨਾਲ ਪ੍ਰੈਕਟਿਸ ਕਰ ਲਿਆ। ਅਤੇ ਲੋਕ ਜਿਹੜੇ ਆ ਇਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਆ, ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਪ੍ਰਦਰਸ਼ਨ ਦੇਖ ਕੇ, ਇਹਨਾਂ ਦਾ ਖੇਡ ਪ੍ਰਦਰਸ਼ਨ ਦੇਖ ਕੇ ਸ਼ਾਇਦ ਸਰਕਾਰ ਨੇ ਇਹਨਾਂ ਨੂੰ ਜੋਬ ਦੇ ਦਿੱਤੀ ਹੋਵੇ, ਜਾਂ ਇਹ ਆਪ UPSC ਕਲੀਅਰ ਕਰ ਗਏ ਹੋਣ, ਹੋ ਸਕਦਾ ਹੈ IPS ਔਫਿਸਰ ਹੋਣ, ਲੰਮੇ ਉੱਚੇ ਜਵਾਨ ਨੇ, ਪਰਸਨੈਲਿਟੀਡ ਨੇ, ਅਤੇ ਲੋਕ ਇਹਨਾਂ 'ਤੇ ਯਕੀਨ ਕਰ ਲੈਂਦੇ ਆ ਵੀ ਇਹ ਹੋ ਸਕਦਾ ਕਿ ਇਹ ਸ਼ਖਸ ਜਿਹੜਾ ਇਹ IPS ਔਫਿਸਰ ਹੋਵੇ। ਦਰਅਸਲ 22 ਜੁਲਾਈ ਨੂੰ ਇਹ ਦਿੱਲੀ ਦੇ ਇੱਕ ਹੋਟਲ ਦੇ ਵਿੱਚ ਜਾਂਦੇ ਆ, ਉੱਥੇ ਲਗਾਤਾਰ 5 ਦਿਨ ਲਈ ਰਹਿੰਦੇ ਆ, ਉੱਥੇ ਬਿੱਲ ਬਣ ਜਾਂਦਾ 5.5 ਲੱਖ ਰੁਪਈਆ। ਜਦੋਂ ਹੋਟਲ ਵਾਲੇ ਇਹਨਾਂ ਨੂੰ ਕਹਿੰਦੇ ਆ ਕਿ ਮ੍ਰਿਨੰਕ ਸਿੰਘ ਤੁਸੀਂ ਆਪਣਾ ਜਿਹੜਾ ਬਿੱਲ ਆ ਇਹ ਕਲੀਅਰ ਕਰ ਦਿਉ, ਤਾਂ ਇਹ ਕਹਿੰਦੇ ਆ ਜੀ ਮੇਰਾ ਬਿੱਲ ਜਿਹੜਾ ਇਹ ਮੇਰੇ ਸਪੋਂਸਰ ਜਿਹੜੇ ਆ ਉਹਨਾਂ ਨੂੰ ਮੈਂ ਦੱਸ ਦਿੱਤਾ, ਤੁਸੀਂ ਮੈਨੂੰ ਬਿੱਲ ਦੇ ਦਿਓ, ਉਹ ਕਲੀਅਰ ਕਰ ਦੇਣਗੇ। ਉਹ ਇਹਨਾਂ ਦੀਆਂ ਗੱਲਾਂ ਮੰਨ ਲੈਂਦੇ ਆ, ਉਹ ਇਹਨਾਂ ਨੂੰ ਚੈੱਕਆਊਟ ਕਰਨ ਦਿੰਦੇ ਆ, ਇਹਨਾਂ ਨੂੰ ਹੋਟਲ 'ਚੋਂ ਬਾਹਰ ਜਾਣ ਦਿੰਦੇ ਆ। ਪਰ ਬਾਅਦ ਵਿੱਚ ਜਦੋਂ ਇਹਨਾਂ ਨੂੰ ਫੋਨ ਕਰਦੇ ਆ, ਤਾਂ ਇਹ ਅੱਗੋਂ ਗਗਨ ਸਿੰਘ ਨਾਮ ਦੇ ਇੱਕ ਸ਼ਖਸ ਦਾ ਨੰਬਰ ਦੇ ਦਿੰਦੇ, ਕਹਿੰਦੇ ਇਹ ਮੇਰਾ ਮੈਨੇਜਰ ਆ, ਪੇਮੈਂਟ ਦੇ ਮੁਤਾਬਕ ਮੁਤਲਕ ਕੋਈ ਵੀ ਗੱਲ ਕਰਨੀ ਤੁਸੀਂ ਇਹਨਾਂ ਨਾਲ ਕਰੋ। ਜਦੋਂ ਗਗਨ ਸਿੰਘ ਕਹਿੰਦਾ ਜੀ ਤੁਸੀਂ ਮੈਨੂੰ ਆਪਣੀਆਂ ਬੈਂਕ ਡਿਟੇਲਸ ਭੇਜ ਦਿਓ, ਮੈਂ ਸਾਰੇ ਦਾ ਸਾਰਾ ਬਿੱਲ ਜਿਹੜਾ ਸਾਡੇ ਜਿਹੜੇ ਸਪੋਂਸਰ ਆ ਉਹਨਾਂ ਨੂੰ ਭੇਜ ਦਿੱਤਾ, ਉਹ ਤੁਹਾਨੂੰ ਪੈਸੇ ਟ੍ਰਾਂਸਫਰ ਕਰ ਦੇਣਗੇ, ਉਹ ਇਹ ਵੀ ਗੱਲ ਮੰਨ ਲੈਂਦੇ ਆ। ਉਹ ਤੋਂ ਬਾਅਦ ਜਦੋਂ ਇਹ ਪੈਸੇ ਟ੍ਰਾਂਸਫਰ ਨਹੀਂ ਹੁੰਦੇ, ਇਹ ਫੋਨ ਚੁੱਕਣੇ ਬੰਦ ਕਰ ਦਿੰਦੇ ਆ, ਤਾਂ ਸਾਰਾ ਮਾਮਲਾ ਜਿਹੜਾ ਫਿਰ ਪੁਲਿਸ ਕੋਲ ਰਜਿਸਟਰ ਕਰਾਇਆ ਜਾਂਦਾ। ਹੁਣ ਪੁਲਿਸ ਨੇ ਸੋਮਵਾਰ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਇਹਨਾਂ ਦੇ ਮੋਬਾਈਲ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਡਾਟਾ ਇਹੋ ਜਿਹਾ ਮਿਲਿਆ ਜਿਹਦੇ ਵਿੱਚ ਲੋਕ ਇਹਨਾਂ ਨੂੰ ਮੈਸੇਜ ਕਰ ਰਹੇ ਸੀਗੇ ਕਿ ਤੁਹਾਡੀ ਪੇਮੈਂਟ ਰਹਿੰਦੀ ਆ, ਤੁਸੀਂ ਸਾਡੀ ਪੇਮੈਂਟ ਕਿਉਂ ਨਹੀਂ ਦੇ ਰਹੇ, ਤੁਸੀਂ ਸਾਡੇ ਸ਼ੌਪ 'ਤੇ ਆਏ ਸੀ, ਤੁਸੀਂ ਸ਼ੋਪਿੰਗ ਕੀਤੀ, ਤੁਸੀਂ ਸਾਡੇ ਰੈਸਟੋਰੈਂਟ 'ਚ ਆਏ ਸੀਗੇ, ਤੁਸੀਂ ਸਾਡੇ ਹੋਟਲ 'ਚ ਸਟੇਅ ਕਰਕੇ ਗਏ ਹੋ, ਤੁਸੀਂ ਸਾਡੇ ਪੈਸੇ ਜਿਹੜੇ ਆ ਉਹ ਮੋੜੋ। ਹੁਣ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮ੍ਰਿਨੰਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਇਹਨਾਂ ਨੇ ਕਬੂਲਿਆ ਕਿ ਮੈਂ IPS ਦਾ ਢੋਂਗ ਕਰਦਾ, ਮੈਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਗੱਲ ਕਹਿ ਦਿੰਦਾ ਕਿ ਮੈਂ ਇੱਕ ਪੁਲਿਸ ਔਫਿਸਰ ਹਾਂ, ਮੈਂ ਇੱਕ ਸੀਨੀਅਰ IPS ਔਫਿਸਰ ਹਾਂ, ਅਤੇ ਲੋਕ ਮੇਰੀ ਗੱਲ ਮੰਨ ਲੈਂਦੇ ਆ। ਹੁਣ ਜਿਸ ਦੇ ਚੱਲਦਿਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੱਲ ਇੱਥੇ ਨਹੀਂ ਮੁੱਕਦੀ, ਇਹ ਲੋਕਾਂ ਨੂੰ ਇਹ ਵੀ ਕਹਿੰਦੇ ਰਹੇ ਕਿ ਐਤਕੀ ਤਾਂ IPL ਦੇ ਵਿੱਚ ਮੈਂ ਸਿਲੈਕਟ ਹੋ ਗਿਆ, ਮੇਰੇ ਉੱਤੇ ਤਾਂ 1 ਕਰੋੜ ਰੁਪਈਏ ਦਾ ਜਿਹੜਾ ਉਹ ਬੋਲੀ ਲੱਗੀ, ਆਕਸ਼ਨ ਹੋਈ, ਮੇਰਾ ਤਾਂ ਜਿਹੜਾ ਮੈਂ ਜਿਹੜੀ ਮੇਰੀ ਆਕਸ਼ਨ ਆ ਉਹ 1 ਕਰੋੜਾਂ ਦੇ ਵਿੱਚ ਹੋਈ, ਮੇਰੇ ਉੱਤੇ ਤਾਂ 1 ਕਰੋੜ ਰੁਪਈਆ ਲੋਕਾਂ ਨੇ ਲਾਇਆ, ਤੁਸੀਂ ਮੇਰੇ ਤੋਂ ਆ ਥੋੜ੍ਹੇ ਥੋੜ੍ਹੇ ਪੈਸੇ ਮੰਗੀ ਜਾਂਦੇ ਹੋ। ਤਾਂ ਲੋਕ ਕਈ ਵਾਰ ਇਹਨਾਂ ਨੂੰ ਗਿਫਟ ਵੀ ਕਰ ਦਿੰਦੇ ਸੀ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਕਿ ਠੀਕ ਹੈ ਤੁਸੀਂ ਸਾਡੀ ਦੁਕਾਨ 'ਤੇ ਆਏ, ਸਾਡੇ ਸ਼ੋਰੂਮ 'ਤੇ ਆਏ, ਤੁਸੀਂ ਆਹ ਲੈ ਜਾਓ। ਪਰ ਹੁਣ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਨਾਲ ਇਹਨਾਂ ਉੱਤੇ ਜਿਹੜਾ 420 ਦਾ ਪਰਚਾ ਵੀ ਪਾ ਦਿੱਤਾ ਗਿਆ। ਹੁਣ ਦੇਖਦੇ ਹਾਂ ਕਿ ਮ੍ਰਿਨੰਕ ਸਿੰਘ ਜਿਨ੍ਹਾਂ ਨੇ U19 ਜ਼ਰੂਰ ਖੇਡਿਆ,
ਹਰਿਆਣਾ ਸਟੇਟ ਵੱਲੋਂ, ਪਰ ਇਹਨਾਂ ਨੇ ਜਿਹੜੀਆਂ ਠੱਗੀਆਂ ਨੇ ਉਹ ਆਲ ਓਵਰ ਇੰਡੀਆ ਮਾਰੀਆਂ, ਖਾਸ ਕਰਕੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਆਸ ਪਾਸ ਦੇ ਜਿੰਨੇ ਵੀ ਸਰਾਊਂਡਿੰਗ ਰੀਜਨਸ ਆ ਜਿਹੜੇ ਸੂਬੇ ਨਾਲ ਲੱਗਦੇ ਸੀਗੇ ਉੱਥੇ ਇਹਨਾਂ ਨੇ ਠੱਗੀਆਂ ਮਾਰੀਆਂ, ਜਿਸ ਤਹਿਤ ਇਹਨਾਂ 'ਤੇ ਪਰਚਾ ਦਰਜ ਹੋਇਆ ਔਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਜਦੋਂ ਪੁਲਿਸ ਇਹਨਾਂ ਕੋਲੋਂ ਹੋਰ ਕਾਰਵਾਈ ਕਰੇਗੀ ਜਾਂ ਹੋਰ ਲੋਕ ਸਾਹਮਣੇ ਆਉਣਗੇ ਜਿਹੜੇ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਹੋਣਗੇ, ਤਾਂ ਫਿਰ ਹੋਰ ਜਿਹੜੇ ਆ ਉਹ ਵੱਡੇ ਖੁਲਾਸੇ ਉਹ ਤੋਂ ਬਾਅਦ ਕੀਤੇ ਜਾਣਗੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।